वाहेगुरु जी, वाहेगुरु जी, ओ समिस्त्री बड़ी कमाल कीती, ते पुतला साजिया जिन्ने इंसान दा ए, कोई आखदा इस विच रब रिंदा ते कोई आखदा धड़ शैतान दा ए, ओ कोई आखदा मिट्टी दी मुठ है ते कोई आखदा रूप भगवान दा ए, कुछ नहीं किसे नूं पता सच आखदा करन वाला ही सब कुछ जानदा ए, करन वाला ही सब कुछ जानदा ए, कलगी वाले दी जीवना सिफत करनी है अंबरों तोड़ना तारिया नो जिन्ने चुक के छाती दे नाल लाया लोका पैरां दे हेठ लताड़िया नो उन्ने बादशाह दे सामे कर दिता ਛਿੰਬਿਆ ਸਾਰਿਆਂ ਨੂੰ ਲੋਕ ਰਾਜ ਦੀ ਉਹ ਸੁਪਨਿਆਦ ਰੱਖੀ ਅੰਮ੍ਰਿਤ ਬਖਸ਼ ਕੇ ਪੰਜਾਬ ਪਿਆਰਿਆਂ ਨੂੰ ਮਾਂ ਗੁਜਰੀ ਕਰਮਾ ਵਾਲੀ ਹੈ ਜਿਸ ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾਰਾ ਮਾਰੇ ਦਾ ਹਾਮੀ ਬਣਿਆ ਏ ਭਾਰਤ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਦੇ ਬਿਨ ਕਦਰਾਂ ਤੋਂ ਮੁਰ ਜਾ ਗਏ ਸੀ ਲੈ ਆਇਆ ਕਿਰਨਾ ਨੂਰ ਦੀਆਂ ਫੁੱਲਾਂ ਤੇ ਜੋਬਨ ਛਾ ਗਏ ਸੀ ਤਰ ਪਹੁੰਚੇ ਪੀਰ ਫਕੀਰਾਂ ਵੇ ਸੈਨਤ ਨਾਲ ਪਰਮਨ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਵਰਨਾ ਤੇ ਜਦ ਵੇਖਿਆ ਜਲਵਾ ਸ਼ਿਵਦਤ ਦੀ ਤਰਸੀ ਸੁਧਰ ਗਿਆ ਚਰਨਾ ਤੇ ਜਦ ਕੀਤਾ ਯਾਦ ਪ੍ਰੀਤ ਮਨੂ ਮੇਰੀ ਦੀ ਮੋਦ ਸ਼ਿੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ ਚੁੱਕੀ ਤੇਗ ਔਰੰਗੇ ਨੇ ਸਾ ਛਤਰੀਆਂ ਦੇ ਸੁੱਕ ਗਏ ਛੱਡ ਪੰਡਤ ਸੁਣੀਏ ਮੰਦਰਾਂ ਨੂੰ ਜਾ ਵਿੱਚ ਪਹਾੜਾਂ ਲੁਕ ਗਏ ਦੇ ਸੀਸ ਪਿਤਾ ਦਾ ਦਿੱਲੀ ਵਿੱਚ ਦੇ ਸੀਸ ਪਿਤਾ ਦਾ ਦਿੱਲੀ ਵਿੱਚ ਕਰ ਹਿੰਦੀਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ ਸ਼ੀਸ਼ਾਨ ਬਣੀ ਇੰਦਰ ਵੀ ਸੀ ਸਚਕਾਉਂਦਾਰ ਛਕ ਅੰਮ੍ਰਿਤ ਮੁਰਦੇ ਜੀ ਪੈਂਦੇ ਗਿਦੜਾ ਤੋਂ ਸ਼ੇਰ ਵੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ ਵੱਜਦੀ ਚੋਟ ਨੰਗਾਰੇ ਤੇ ਜਦ ਵੱਜਦੀ ਚੋਟ ਨੰਗਾਰੇ ਤੇ ਕਈ ਭੀਮ ਚੰਦ ਜੈ ਸੜਦੇ ਰਹੇ ਸੁਣ ਸੁਣ ਕੇ ਗੂੰਜਾਂ ਪੰਥ ਦੀਆਂ ਦਿੱਲੀਓਂ ਵੀ ਜਾਬਰ ਚੜਦੇ ਰਹੇ ਜਿੱਤਾਂ ਦੇ ਦਾਅਵੇ ਕਰਦੇ ਰਹੇ ਪਰ ਹਰ ਕੋਈ ਤੈਥੋਂ ਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ ਅੰਮ੍ਰਿਤ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਲੜਾ ਦਿੱਤਾ ਇੱਕ ਖਾਤਰ ਦੇਸ਼ ਆਜ਼ਾਦੀ
ਜੱਗੀ ਦੀ ਪੁੱਤਰਾਂ ਦਾ ਨੁੰਦਾ ਪਾ ਦਿੱਤਾ ਜਦ ਵੇਖਿਆ ਡੈਗ ਅਜੀਤ ਪਿਆ ਜਦ ਵੇਖਿਆ ਡੈਗ ਅਜੀਤ ਪਿਆ ਲਾ ਉਂਗਲ ਤੋੜ ਜੁਧਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ ਸੂਲਾਂ ਦੀਆਂ ਸ਼ੇਜਾਂ ਸੌਦਾਰਿਆਂ ਵਿੱਚ ਜੰਗਲੀ ਸ਼ਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾ ਰਿਹਾ ਪੱਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਤਾਹਾ ਮਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ ਪੱਥਰਾਂ ਦੀ ਰਹੀ ਨਾ ਕਸੁਰ ਕੋਈ ਹੋ ਜਾਮਾ ਲੀੜੋ ਲੀਰ ਗਿਆ ਪੈਰਾਂ ਵਿੱਚ ਛਾਲੇ ਪੈ ਗਏ ਸੀ ਤਾਈਓ ਬਣ ਉੱਚਦਾ ਪੀਰ ਗਿਆ ਭਾਰਤ ਦੀ ਇੱਜ਼ਤ ਬਚਾਉਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਨਿੱਕਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵੱਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹੁਣ ਜ਼ਾਲਮ ਦੀ ਜੜ ਪੁੱਟੀ ਦੋਇਓ ਹੱਸ ਕੇ ਬਜਨ ਉਚਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਭਾਰਤ ਦੀ ਮਰਦਾਰੂ ਅੰਦਰ ਸੀ ਅਣਖ ਵੀਰਤਾ ਭਰ ਦਿੱਤੀ ਜਿਸ ਵੱਲ ਵੀ ਤੱਕਿਆ ਜੀ ਭਰ ਕੇ ਮਿੱਟੀ ਵੀ ਸੋਨਾ ਕਰ ਦਿੱਤੀ ਤੁਰ ਤੋਂ ਹੀ ਜੁੰਮੇ ਲੱਗਿਆ ਜੋ ਕਿਸ ਤਾ ਵਿੱਚ ਕਰਜ ਉਤਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ ਮਰਦਾ ਗਮੜੇ ਜੋਰੇ ਦੀ ਕੀ ਲਿਖਣਾ ਏ ਕੁਰਬਾਨੀ ਨੂੰ ਜੁੱਗਾਂ ਤੱਕ ਦੁਨੀਆਂ ਚੁੱਕਦੀ ਰੂ ਧੰਨ ਧੰਨ ਪੁੱਤਰਾਂ ਦੇ ਦਾਨੀ ਨੂੰ ਜੋਗਾ ਸਿੰਘ ਭਾਗੋ ਵਾਲੀਏ ਕਈ ਜੋਗਾ ਸਿੰਘ ਭਾਗੋ ਵਾਲੀਏ ਕਈ ਕਰ ਭਵ ਸਾਗਰ ਤੋਂ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਚਿੜੀਆਂ ਜਿਹਦੀਆਂ ਬਾਜ ਤੇ ਹੋਣ ਭਾਰੂ ਉਹਦੇ ਬਾਜਾਂ ਵਿੱਚ ਕਿੰਨੀ ਕੋ ਜਾਨ ਹੋਸੀ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਖੁਦ ਕਲਗੀਧਰ ਕਿੰਨਾ ਮਹਾਨ ਹੋਸੀ ਹਿੰਦੁਸਤਾਨ ਦੇ ਤਕਦੀਰ ਦੇ ਨਿਰਮਾਤਾ ਮੁਰਦਿਆਂ ਦਿਲਾਂ ਵਿੱਚ ਜਿੰਦ ਧੜਕਾ ਦੇਣ ਵਾਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਸਰਬੱਤ ਮਾਈ ਭਾਈ ਜਿੰਨੇ ਵੀ ਤੁਸੀਂ ਬੈਠੇ ਹੋ ਸ਼ਰਧਾ ਨਾਲ ਬੈਠੇ ਪਿਆਰ ਨਾਲ ਬੈਠੇ ਤੇ ਸਤਿਗੁਰਾਂ ਨਾਲ ਮੁਹੱਬਤ ਕਰਦਿਆਂ ਹੋਇਆਂ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਈਆਂ ਦਿਨਾਂ ਤੋਂ ਇਹ ਜੋੜ ਮੇਲਾ ਚੱਲ ਰਿਹਾ ਬਹੁਤ ਵੱਡੀ ਗਿਣਤੀ ਵਿੱਚ ਬਾਹਰ ਗੁਰੂ ਕੀ ਸੰਗਤ ਵੇਖ ਰਹੇ ਜਿਨ੍ਹਾਂ ਉੱਤੇ ਮਾਲਕ ਦੀ ਮਹਾਨ ਬਖਸ਼ਿਸ਼ ਹੈ ਉਹ ਤੁਸੀਂ ਆ ਕੇ ਦੀਵਾਨ ਵਿੱਚ ਸੱਜ ਕੇ ਕੌਮ ਦੇ ਪ੍ਰਚਾਰਕਾਂ ਤੋਂ ਢਾਡੀਆਂ ਤੋਂ ਕਵੀਸ਼ਰਾਂ ਤੋਂ ਗੁਰੂ ਕਾ ਜਸ ਸਰਵਣ ਕਰ ਰਹੇ ਹੋ ਬਹੁਤ ਵੱਡਾ ਇਤਿਹਾਸਕ ਇਹ ਜੋੜ ਮੇਲਾ ਹੈ ਬਾਬਾ ਮੱਖਣ ਸ਼ਾਹ ਲਵਾਣਾ ਜਿਨ੍ਹੇ ਹਨੇਰੀ ਰਾਤ ਵਿੱਚ ਇੱਕ ਸੂਰਜ ਨੂੰ ਪ੍ਰਗਟ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਰੂਪ ਵਿੱਚ ਜਿਸ ਦੀਆਂ ਰੂਹਾਨੀ ਰਿਸ਼ਮਾਂ ਨੇ ਸਾਰੇ ਸੰਸਾਰ ਨੂੰ ਰਿਸ਼ਨਾ ਕੇ ਰੱਖ ਦਿੱਤਾ ਅੱਜ ਦੇ ਦੌਰ ਵਿੱਚ ਵੀ ਬਾਬੇ ਮੱਖਣ ਸ਼ਾਹ ਵਰਗਿਆਂ ਦੀ ਜ਼ਰੂਰਤ ਹੈ ਜਿਹੜੇ ਸੰਸਾਰ ਨੂੰ ਦੱਸਣ ਭਾਈ ਸੱਚਾ ਗੁਰੂ ਇੱਧਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਹ ਕਹਿੰਦੇ ਨੇ ਕਿਉਂਕਿ ਅੱਜ ਵੀ ਬਹੁਤ ਸਾਰੇ ਲੋਕ ਆਪਣੇ ਆਪਣੇ ਹਿੱਤਾਂ ਖਾਤਰ ਗੁਰੂ ਬਣ ਕੇ ਬੈਠੇ ਹੋਏ ਅਖਵਾਉਣ ਦੀ ਹਿੰਮਤ ਨਹੀਂ ਪਰ ਅੰਦਰ ਖਾਤੇ ਮਨਸਾ ਇਹੀ ਹੈ ਕਿ ਅਸੀਂ ਸੰਸਾਰ ਦੇ ਅੰਦਰ ਧਾਰਮਿਕ ਪੁਰਸ਼ਾਂ ਵਾਂਗੂ ਪ੍ਰਵਾਨੇ ਜਾਈ ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਗੁਰੂ ਨੇ ਸਿੱਖ ਨੂੰ ਇੱਕ ਬਿਰਤੀ ਦਿੱਤੀ ਹੈ ਅੱਖ ਦਿੱਤੀ ਹੈ ਉਹ ਆਪਣੇ ਸੱਚੇ ਗੁਰੂ ਦੀ ਪਛਾਣ ਕਰਦਾ ਔਰ ਗੁਰਦੇਵ ਦੇ ਚਰਨਾਂ ਤੇ ਆ ਕੇ ਝੁਕਦਾ ਜੋ ਕੁਝ ਵੀ ਉਹਨੇ ਮੰਗਣਾ ਹੁੰਦਾ ਚਾਹੇ ਉਹ ਦੁਨਿਆਵੀ ਦਾਤ ਹੋਵੇ ਚਾਹੇ ਉਹ
अध्यात्मक दात होवे चाहे मुक्ति की दात होवे ओ अपने सच्चे गुरु तो मंगदा है। गुरदेव पातशाह महाराज कृपा करन सबना दी हाजरी दर प्रवान होवे, जो जो तुहाडे दिल दीआं भावनावां ने ओ गुरदेव पातशाह महाराज जी पूरियां करन। धन्नवाद दा प्रबंधकां दा, उन्हां ने बहुत वधिया तरीके नाल स्टेज नूं इस वार चला रहे ने। सारे जथियां नूं समां दित्ता होया है, सारे जथियां नूं बोलण वास्ते प्रयोजन दित्ता होया है। साडे तो पहला ज्ञानी केवल सिंह जी मेहता साहिब उन्हां नूं जिहड़ा प्रसंग प्रबंधकां ने कहा सी ओ आप जी दे रूबरू रख के गए ने। जिहड़ी साडी ड्यूटी लगी है ओ विचार असीं आप जी नाल सांझी करने हैं। धन गुरु ग्रंथ साहिब महाराज बार। सब तो पहली गल, संसार दे अंदर ये साडे सतगुरां दी महान बख्शिश है, उन्हां ने अपने हथीं श्री गुरु ग्रंथ साहिब महाराज जी नूं तैयार किया। दमदमा साहिब की धरती ते इस नूं संपूर्ण किया, हजूर साहिब की धरती ते इस नूं गरियाई दे। इंज कह लो कि शब्द गुरु ने देश रूप सतगुरां दे नाल नाल सफर किया। सब तो पहला सचखंड विचों परमेश्वर दे घरों शब्द आया, शब्द जुड़े पोथी अखवाई, पोथी तो आदि बीड़ रूप बनया और दमदमा साहिब की धरती ते संपूर्ण बीड़ ते फेर नदेड़ साहिब की धरती ते धन गुरु ग्रंथ साहिब महाराज जी के रूप में अज साडे कोलों साडे सतगुरु जी मौजूद ने। ये बड़ी वड्डी घालना सी सच्चे पातशाह महाराज जी की जिहड़ी वह घाल के ते कलयुग के अंदर बड़ा वड्डा परोपकार करके गए। जदों कलगियां वाले पातशाह महाराज बिखड़े पैंडे तय करके तलवंडी साबो की पहुंचे, इत्थे कुछ समा महाराज जी नूं आराम करन दा मिलिया। इसे करके इस धरती नूं आपां श्री दमदमा साहिब भी कहने। इस धरती ते बाबा मनी सिंह वर्गियां नूं, बाबा दीप सिंह वर्गियां नूं बुलाया गया और धन गुरु ग्रंथ साहिब महाराज जी की बीड़, गुरु तेग बहादुर महाराज जी की बाणी इहदे विच शामिल करके इस नूं संपूर्ण किया गया और अखंड पाठ साहिब जी दे जाप किए गए। इतिहास दसदा जिहड़ी विसाखी बड़िया मुश्किलों विच लंघन तो बाद दमदमा साहिब की धरती ते हजूर ने मनाई, उस विसाखी विच 1 लाख तो वध प्राणी अमृत छक के गुरु के जहाजे चढ़े। ये इतिहासकारा लिखिया, इन्नी गुरु जी की महिमा वधी। वेखो सरकार दीयां नजरां विच गुरु कलगियां वाले पातशाह दे बच्चे शहीद हो गए, आनंदपुर उजड़ गया, पर याद रखो गुरु जिस भी धरती ते बैठेगा उत्थे ही आनंदपुर बन जाएगा, उत्थे ही जंगल विच मंगल लग जाएगा। और इत्थे सच्चे पातशाह महाराज जी ने सिखां दे कहण उत्ते 1 ओंकार तो लैके सारे गुरु ग्रंथ साहिब जी दे बाणी दे अर्थ भी कीते, जिहड़े जिहड़े गुरु के सिखां ने सुनिया उन्हां दे नाम ही इतिहास विच मिल जांदे ने। ते हजूर ने कहा कि गुरु के सिख दी जिंदगी दी टेक गुरु का शब्द है, जे शब्द नूं छड्ड के इधर उधर वेखेगा ते इह भव सागर पार नहीं कर सकेगा। अचानक एक दिन परे हुए दीवान विच महाराज ने कहा लो भी हुण असीं पंजाब नूं छड्ड रहे हैं, जिन्हां सिंघां नूं असीं कहांगे वह साडे नाल जाणगे, बाकी इत्थे रह के नितनेम करो और शस्त्र अभ्यास करो, कोई विपता पवे ते उहदा टाकरा करो। बहुत सारे सिखां ने अर्ज कीती महाराज हुण ते औरंगजेब भी थक गया, उहदे वल्लों हुक्म आ गए ने भी गुरु गोबिंद सिंह महाराज जी नूं बिना मतलब तंग ना कीता जावे, वजीर खान दा खतरा टल गया ते पंजाब छड्ड के क्यों जा रहे हो। महाराज कहिंदे कुछ साडे कार्ज इस तरह दे ने जिहड़े दखण दी धरती तों पूरे करने। महाराज दी दूर दृष्टि विच एक माधोदास नां दा बंदा सी जिसने सिख सल्तनत कायम करके पहला सिखां दा बादशाह अखवाउणा सी और दे के हुक्म सारी गुरु की संगत नूं धन गुरु कलगियां वाले पातशाह महाराज पंजाब दी धरती तों जिवें रवाना हुंदे ने, जिवें गुरु के सिखां नाल वचन सांझे करदे ने, आओ बड़ियां प्रेम नाल लिखियां होईयां लाइनां, क्योंकि गुरु सदा गतिशील रहा और ये सतगुरां दा इतिहास दसदा है उन्हां दी दरियावां वर्गी रवानगी रही है। और पटना साहिब तो तुरदिया तुरदिया वह दखण विच अपना आखिरी मुकाम करते हैं ताकि पूरे राष्ट्र नूं एक लड़ी विच परोता जा सके। ये गुदियां रमजा गुरु के सिख जानते हैं, आओ बड़े प्रेम नाल श्रवण करो। दखण की धरती नूं गुरु कलगियां वाले पातशाह महाराज पंजाब तो तुर लगे ने, वह सारा वाकया तिना शब्दों में उभन किया जा रहा। देश मालवा तारिया सतगुर रहमत करके ते मुर्द शरीरा अंदर कौमी जज्बा परके ते ताजे अधूरे
करने पूरे बात उचारी है, फिर कीती दशमेश पिता दखण वल त्यारी है। लोका ताई हथी सिंह सुजा के ते डल्ला सेवक बन गया, अंदरों खुदी गवा के ते छट के बनेना असल व्यापारी है, फिर की दशमेश पिता दखण वल त्यारी है। कुंता तो घट वहीरा सेवक आ रहे ने, दर्शन कर दशमेश पिता दे सदके जा रहे ने। अनखी पीर जवाना दे ओ निकिया निकिया जिंदा रे जद के मेहमारी है, निकिया निकिया जिंदा रे जद के मेहमारी है। फिर कीती दशमेश पिता दखण वल त्यारी है। सब तो वड्डा कीता कारज इस था बैके ते, कीती बीर संपूर्ण बाणी कंठों कई कहते। सतगुर गए उचारी लिख रे गए लखारी है, फिर कीती दशमेश पिता दखण वल त्यारी है। पंजर टिबिया दे विच आउणा जुग हरियाली दा, सतगुर दे सवाक ने बनिया मुड खुशहाली दा। तलवंडी नू हुण फतेह बुला दईए, विच विछोड़े रोपी धरती आप महारी है, विच विछोड़े रोपी धरती आप महारी है। फिर कीती दशमेश पिता दखण वल त्यारी है। अथरू भर के पुछदे सिख सतगुर के प्यारे जी, कदों होणगे दर्श तुहाडे फेर दुबारे जी। ओ सीने दे विच तसदी जांदी दर्द कटारी है, फिर कीती दशमेश पिता दखण वल त्यारी है। ईद दवानियां संगतां दा दिल रोंदा चला सी, दिल दा मैर मला चलिया अज रोग अवला सी।
पड़ा दर पड़ा सतगुरु जी तुरदे गए ते पहुंचे जाके बगौर जिथे बाबा तारा सिंह जी सरियाली वालियां दे सेवक बाबा लखा सिंह ते बाबा बलविंदर सिंह ने बड़ा वड्डा गुरद्वारा हुण बनाया होया होले महल्ले दे दवान उत्थे सजदे ने जान दा सुभाग प्राप्त होया। इहदा जिक्र कवि सेनापति ने कीता है। सेनापति सब तो पहला बंदा है जिन्हें गुरु का इतिहास कलमबंद लिख के 1711 विच तैयार करके किताब छपाती क्योंकि हजूर 8वीं ज्योति जोत समा जांदे उस तो थोड़ा समय बाद इस काफले विच ढाडी नथा अब्दुल्ला दे पुत पोतरे मुश्की ते शबीला ये भी नाल ने जिथे गुरु जी पढ़ा करदे उथे ढाडी वारा चलदे पंजां प्यारियां विचों दो नाल होर बहुत सारे गुरु के सिख ते माता भागो नाल इस जगह एक छोटी जी लड़ाई भी हुई क्योंकि समा इन्ना ज्यादा नहीं बहुत विस्तार किया जा सके। ज्ञानी निरंजन सिंह जी स्वर्गवासी उन्हां दियां लिखियां किश्तां 8 साल अजीत विच छपियां ने ते ओह हुण इक वड्डी किताब बनी है चरण चलियो मार्ग गोबिंद उहदे विच गुरु जी इस यात्रा विच किथे किथे ठहरे किथे किथे पड़ा कीते इतिहासक निशानियां पईआं होईआं पर असीं ज्यादातर जाणदे आं ते हजूर साहिब ट्रेन राहीं जां जहाज ते फिर वापस आ जाणदे आं। इधर वाले जिहड़े स्थान बहुत सारे है ਉਹ ਅਸੀਂ ਦਰਸ਼ਨ ਘੱਟ ਕਰਨੇ ਪਰ ਇਤਿਹਾਸ ਵਿੱਚ ਬਹੁਤ ਕੁਝ ਲਿਖਿਆ ਮਿਲਦਾ ਔਰ ਹਜ਼ੂਰ ਪਾਤਸ਼ਾਹ ਮਹਾਰਾਜ ਕਿੱਥੇ ਕਿੱਥੇ ਠਹਿਰੇ ਇੱਥੇ ਦੀਵਾਨ ਸੱਜ ਗਏ ਫਿਰ ਰੌਣਕਾਂ ਲੱਗ ਗਈਆਂ। ਇੱਕ ਦਿਨ ਭਾਈ ਨੰਦ ਲਾਲ ਜੀ ਆਏ ਇਹ ਹਜ਼ੂਰ ਨਾਲੋਂ 33 ਸਾਲ ਵੱਡੇ ਤੇ ਸਤਿਗੁਰਾਂ ਦੇ ਸ਼੍ਰੋਮਣੀ ਕਮਿਸ਼ਨ ਇਹਨਾਂ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਪਹਿਲਾਂ ਦੀਵਾਨ 'ਚ ਮੱਥਾ ਟੇਕਿਆ। ਜਦੋਂ ਦੀਵਾਨ ਦੀ ਸਮਾਪਤੀ ਹੋਈ ਸਤਿਗੁਰ ਆਪਣੇ ਨਿੱਜੀ ਖੈਮੇ ਵਿੱਚ ਚਲੇ ਗਏ ਭਾਈ ਨੰਦ ਲਾਲ ਜੀ ਮਗਰ ਚਲੇ ਗਏ। ਉੱਥੇ ਫਿਰ ਫਤਿਹ ਬੁਲਾਈ ਤੇ ਬਹਿ ਗਏ ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਬੜਾ ਚੰਗਾ ਕੀਤਾ ਭਾਈ ਸਾਹਿਬ ਤੁਹਾਨੂੰ ਮਿਲਣ ਨੂੰ ਬੜਾ ਚਿੱਤ ਕਰਦਾ ਸੀ। ਮਹਾਰਾਜ ਨਾਲ ਅੰਦਰੂਨੀ ਪ੍ਰੇਮ ਸੀ ਭਾਈ ਸਾਹਿਬ ਜੀ ਦਾ। ਭਾਈ ਨੰਦ ਲਾਲ ਜੀ ਕਹਿੰਦੇ ਗੁਰਦੇਵ ਪਾਤਸ਼ਾਹ ਮਹਾਰਾਜ ਸੱਚ ਜਾਣਿਓ ਮੱਛੀ ਪਾਣੀ ਤੋਂ ਬਿਨਾਂ ਬਚ ਸਕਦੀ ਹੈ ਪਰ ਜਿਹੜਾ ਗੁਰੂ ਕਾ ਸਿੱਖ ਹੈ ਉਹ ਗੁਰੂ ਦੇ ਦੀਦਾਰ ਤੋਂ ਬਿਨਾਂ ਨਹੀਂ ਰਹਿ ਸਕਦਾ। ਮੈਂ ਵੀ ਬੜੇ ਚਿਰਾਂ ਦੀ ਤਾਂਘ ਲਾਈ ਸੀ ਅੱਜ ਮੈਨੂੰ ਤੁਹਾਡੇ ਪ੍ਰਤੱਖ ਦਰਸ਼ਨ ਹੋਏ ਨੇ ਮੇਰੀ ਆਤਮਾ ਨੂੰ ਸਕੂਨ ਮਿਲਿਆ। ਮਹਾਰਾਜ ਇੱਕ ਬੇਨਤੀ ਕਰਨੀ ਚਾਹੁੰਦਾ ਸਤਿਗੁਰੂ ਕਹਿੰਦੇ ਜੀ ਸਦਕੇ ਕਰੋ। ਗੁਰਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਉਹਨੇ ਇਹ ਕੀਤੀ ਗੁਰਦੇਵ ਆਪ ਜਾਣਦੇ ਹੋ ਕਿ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਮਰ ਗਿਆ ਤੇ ਰਾਜਨੀਤਿਕ ਦ੍ਰਿਸ਼ ਬਦਲਣ ਵਾਲਾ ਬਹੁਤ ਹੀ ਸਤਿਕਾਰਯੋਗ ਮੇਰੀ ਕੌਮ ਦੇ ਜ਼ਿੰਮੇਵਾਰ ਲੀਡਰ ਸਰਦਾਰ ਸੁਖਦੀਪ ਸਿੰਘ ਜੀ ਵਾਲਾ ਸਾਹਿਬ ਚੇਅਰਮੈਨ ਸਾਹਿਬ ਉਹ ਆਏ ਨੇ ਔਰ ਬੜੇ ਸਮਾਜਿਕ ਕੰਮਾਂ ਵਿੱਚ ਤਤਪਰ ਰਹਿੰਦੇ ਕੋਈ ਰਾਤ ਵੀ ਜਾ ਕੇ ਆਵਾਜ਼ ਮਾਰੇ ਤੇ ਜਿੰਨੇ ਜੋਗੇ ਨੇ ਉਹਦਾ ਕੰਮ ਕਰਨ ਦਾ ਯਤਨ ਕਰਦੇ। ਅੰਤਰੰਗ ਕਮੇਟੀ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸਰਦਾਰ ਗੁਰਨਾਮ ਸਿੰਘ ਜੀ ਜੱਸਲ ਇਹ ਵੀ ਬਹੁਤ ਵਧੀਆ ਕੰਮ ਕਰ ਰਿਹਾ। ਮਹਾਰਾਜਾ ਸ਼ੇਰ ਸਿੰਘ ਉਹਦੀਆਂ ਯਾਦਾਂ ਬਟਾਲੇ ਨਾਲ ਜੁੜੀਆਂ ਨੇ ਉਹਦੇ ਉੱਤੇ ਰਿਸਰਚ ਕੀਤੀ ਜਾ ਰਹੀ ਕੰਮ ਕੀਤਾ ਜਾ ਰਿਹਾ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਹੋਰ ਵੀ ਬਹੁਤ ਸਾਰੇ ਸੱਜਣ ਆਏ ਨੇ ਸਭਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਹੈ। ਸਰਦਾਰ ਸਰਜੀਤ ਸਿੰਘ ਜੀ ਤੁਗਲਵਾਲਾ ਸਾਹਿਬ ਉਹ ਵੀ ਪਹੁੰਚੇ ਨੇ ਸਭਨਾਂ ਨੂੰ ਜੀ ਆਇਆਂ। ਥੋੜ੍ਹੇ ਸਮੇਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਾਰੀਆਂ ਮਾਣਯੋਗ ਹਸਤੀਆਂ ਤੁਹਾਡੇ ਦਰਸ਼ਨ ਦਾਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਦਾਰ ਕਰਨ ਵਾਸਤੇ ਪਹੁੰਚ ਰਹੀਆਂ ਨੇ। ਇਸ ਕਰਕੇ ਕਿਉਂਕਿ ਇਹ ਵੱਡਾ ਜੋੜ ਮੇਲਾ ਹੈ ਇਸ ਜੋੜ ਮੇਲੇ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ। ਰਾਜਨੀਤਿਕ ਕਾਨਫਰੰਸਾਂ ਵੀ ਹੁੰਦੀਆਂ ਪਰ ਵੱਡਾ ਕੰਮ ਜਿਹੜਾ ਹੈ ਉਹ ਸਿੱਖੀ ਦੇ ਪ੍ਰਚਾਰ ਦਾ। ਇਸ ਵਾਰ ਪਤਾ ਨਹੀਂ ਕਿਉਂ ਸਾਊਂਡ ਬਹੁਤ ਘੱਟ ਦਾਇਰੇ ਵਿੱਚ ਲਾਇਆ ਨੇ ਤੇ ਅੱਗੇ ਸਪੀਕਰ ਉਹ ਰੋਡ ਤੱਕ ਲੱਗੇ ਹੁੰਦੇ ਸੀ। ਸਰਦਾਰ ਗੁਰਨਾਮ ਸਿੰਘ ਜੀ ਅੰਤਰ ਕਮੇਟੀ ਦੇ ਮੈਂਬਰ ਉਹਨਾਂ ਦੀ ਇੱਛਾ ਹੈ ਸਤਿਗੁਰੂ ਜੀ ਉਹਨਾਂ ਨੂੰ ਪੋਤਰੇ ਦੀ ਦਾਤ ਬਖਸ਼ਣ। ਇਹ ਬਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਘਰ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਲੰਮੀ ਆਰਜੂ ਵਾਲਾ ਪੋਤਰਾ ਬਖਸ਼ਿਸ਼ ਕਰਕੇ ਨਿਹਾਲ ਕਰਨ। ਹੋਰ ਵੀ ਬਹੁਤ ਸਾਰੀ ਗੁਰੂ ਕੀ ਸੰਗਤ ਵੱਲੋਂ ਮਾਇਆ ਆਏ ਆ ਤਵਜੋ ਦਿਓ। ਇਹ ਮਹਾਰਾਜ ਦੀ ਯਾਤਰਾ ਬੜੀ ਗਹਿਰੇ ਢੰਗ ਨਾਲ ਸੁਣਨ ਵਾਲੇ ਹਜ਼ੂਰ ਨੂੰ ਕਹਿੰਦੇ ਭਾਈ ਨੰਦ ਲਾਲ ਜੀ ਔਰੰਗਜ਼ੇਬ ਮਰ ਗਿਆ। ਮਹਾਰਾਜ ਕਹਿੰਦੇ ਖਬਰ ਸਾਡੇ ਕੋਲ ਵੀ ਪਹੁੰਚ ਗਈ। ਸੱਚੇ ਪਾਤਸ਼ਾਹ ਮਹਾਰਾਜ ਇਹ ਗੱਲ ਹੋਰ ਬੜੀ ਵਿਚਿੱਤਰ ਹੋਈ ਹੈ। ਉਹ ਬਾਦਸ਼ਾਹ ਜਿਹੜਾ ਕਹਿੰਦਾ ਸੀ ਹਿੰਦੁਸਤਾਨ ਦੇ ਹਰ ਬੰਦੇ ਨੂੰ ਤਲੀਮ ਏ ਕੁਰਾਨ ਪੜ੍ਹਾ ਕੇ ਮੈਂ ਕਲਮਾ ਪੜ੍ਹਾ ਕੇ ਮੁਸਲਮਾਨ ਕਰਨਾ ਉਹ ਅੰਤ ਵੇਲੇ ਪਛਤਾ ਕੇ ਮਰਿਆ। ਗੁਰਦੇਵ ਪਾਤਸ਼ਾਹ ਕਹਿੰਦੇ ਇਹਨਾਂ ਲੋਕਾਂ ਦਾ ਅਖੀਰ ਇਸ ਤਰ੍ਹਾਂ ਹੀ ਹੁੰਦਾ। ਮਹਾਰਾਜ ਜਿਹੜੀ ਗੱਲ ਉਹਨੇ ਕਹੀ ਮਰਨ ਤੋਂ ਪਹਿਲਾਂ ਆਪਣੇ ਸ਼ਿਕਸ਼ਤਨਾਮੇ ਚਿੱਠੀ ਵਿੱਚ
ਉਹਦੀ ਪਹਿਲੀ ਸ਼ਰਤ ਇਹ ਸੀ ਵੀ ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ। ਹਰ ਬਾਦਸ਼ਾਹ ਦੀ ਕੁਰਸੀ ਦੇ ਪਾਵਿਆਂ ਥੱਲੇ ਬੇਗਿਣਤ ਲੋਕਾਂ ਦੇ ਸਿਰ ਲੱਗੇ ਹੋਣ। ਔਰ ਅਖੀਰਲੀ ਸ਼ਰਤ ਇਹ ਉਹਨੇ ਲਿਖੀ ਵੀ ਜਿੱਥੇ ਮੈਨੂੰ ਦਫਨਾਉਣਾ ਹੈ ਉਹਦੇ ਲਾਗੇ ਰੁੱਖ ਨਾ ਲਾਇਓ, ਮੇਰੇ ਵਰਗੇ ਪਾਪੀ ਦੀ ਕਬਰ ਨੂੰ ਵੀ ਇਹ ਹੱਕ ਨਹੀਂ ਕਿ ਉਹ ਮਰਿਆ ਹੋਇਆ ਵੀ ਰੁੱਖ ਦੀ ਛਾਂ ਪ੍ਰਾਪਤ ਕਰ ਸਕੇ। ਇਸ ਤੋਂ ਪਤਾ ਲੱਗਦਾ ਅਖੀਰ ਵੇਲੇ ਔਰੰਗਜ਼ੇਬ ਦੀ ਅੰਦਰੂਨੀ ਅਵਸਥਾ ਕੀ ਸੀ ਤੇ ਉਹਨੂੰ ਆਪਣੇ ਕੀਤੇ ਹੋਏ ਜ਼ੁਲਮਾਂ ਉੱਤੇ ਕਿੰਨਾ ਪਛਤਾਵਾ ਸੀ। ਤੇ ਦੂਜੇ ਬੰਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਉਹ ਚੜ੍ਹਦੀ ਕਲਾ ਨਾਲ ਆਪਣੇ ਆਉਣ ਵਾਲੇ ਟਾਰਗੇਟ ਨੂੰ ਮਿਥ ਰਹੇ ਸਨ। ਗੁਰਦੇਵ ਪਾਤਸ਼ਾਹ ਮਹਾਰਾਜ ਉਹਦੇ ਤਿੰਨ ਪੁੱਤਰ ਨੇ, ਜਿਹੜਾ ਤਾਰਾ ਆਜਮ ਹੈ ਉਹਨੇ ਵੀ ਬਾਦਸ਼ਾਹੀ ਦਾ ਦਾਅਵਾ ਕੀਤਾ, ਪਰ ਜਿਹੜਾ ਵੱਡਾ ਪੁੱਤਰ ਹੈ ਸ਼ਹਿਜ਼ਾਦਾ ਮੁਅੱਜਮ ਉਹ ਤੁਹਾਡਾ ਬੜਾ ਵੱਡਾ ਸੇਵਕ ਹੈ, ਹੱਕ ਉਹਦਾ ਬਣਦਾ। ਤੇ ਮੇਰੀ ਇਹ ਬੇਨਤੀ ਹੈ, ਉਹਨੇ ਮੈਨੂੰ ਆਪਣੇ ਵੱਜੋਂ ਤੁਹਾਡੇ ਕੋਲ ਭੇਜਿਆ ਆਪਣੇ ਵੱਲੋਂ, ਤੇ ਤੁਸੀਂ ਉਹਦੀ ਅਮਦਾਦ ਕਰੋ। ਉਹਨੇ ਤੁਹਾਡੇ ਕੋਲ ਬੇਨਤੀ ਕੀਤੀ ਹੈ ਤੇ ਮੈਂ ਦਾਅਵਾ ਕਰਦਾ ਕਿ ਜੇ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਜਾਂਦਾ ਹੈ ਤੇ ਲੋਕਾਂ ਨੂੰ ਸੁੱਖ ਪ੍ਰਾਪਤ ਹੋਵੇਗਾ। ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਲੋਕਾਂ ਨੂੰ ਕਾਨੂੰਨ ਦੀ ਕਚਹਿਰੀ ਵਿੱਚ ਖੜਿਆ ਕੀਤਾ ਜਾਏਗਾ। ਆਓ ਭਾਈ ਨੰਦ ਲਾਲ ਜੀ, ਸ਼ਹਿਜ਼ਾਦਾ ਮੁਅੱਜਮ ਦਾ ਲੈ ਕੇ ਸੁਨੇਹਾ ਹਜ਼ੂਰ ਦੇ ਚਰਨਾਂ ਵਿੱਚ ਸੀਸ ਨਵਾ ਕੇ ਜਿਹੜੀ ਬੇਨਤੀ ਕਰਦੇ ਨੇ ਕਲਗੀਧਰ ਪਾਤਸ਼ਾਹ ਜੀ ਸੁਣ ਰਹੇ ਨੇ, ਇਉਂ ਬੇਨਤੀ ਕੀਤੀ ਜਾ ਰਹੀ। ਉਹ ਨੰਦ ਲਾਲ ਨੇ ਆਖਿਆ ਸਤਿਗੁਰਾਂ ਨੂੰ, ਨੰਦ ਸਤਿਗੁਰਾਂ ਨੂੰ ਮੇਰੀ ਬੇਨਤੀ ਕਰੋ ਪੁਰ ਵਾਨ ਦਾਤਾ, ਜਿਹੜੀ ਰੱਖੀ ਉਮੀਦ ਮੈਂ ਦਿਲ ਅੰਦਰ, ਜਿਹੜੀ ਰੱਖੀ ਉਮੀਦ ਮੈਂ ਦਿਲ ਅੰਦਰ, ਹੋਵੇ ਆਗੇ ਗੁਰਾਂ ਨੂੰ ਉਹ ਮੇਰੀ ਬੇਨਤੀ ਕਰੋ ਪਰ ਵਾਹਨ ਦਾਤਾ, ਰੱਖੀ ਜਿਹੜੀ ਉਮੀਦ ਮੈਂ ਦਿਲ ਅੰਦਰ, ਰੱਖੀ ਜਿਹੜੀ ਉਮੀਦ ਮੈਂ ਦਿਲ ਅੰਦਰ, ਹੋਵੇ ਅੱਗੇ ਕਰਾ ਪਿਆਰ ਦਾਤਾ, ਜਾਣਦੇ ਪਾਪੀ ਮਰ ਗਿਆ ਮਰ ਗਿਆ ਏ ਜਿਹਦੀ ਤੇਗ ਤੋਂ ਕੰਬੇ ਜ ਹਾਨ ਦਾਤਾ, ਮਰਨ ਪਿੱਛੋਂ ਉਹਦੇ ਪੁੱਤਰਾਂ ਨੇ, ਉਹਦੇ ਮਰਨ ਪਿੱਛੋਂ ਉਹਦੇ ਪੁੱਤਰਾਂ ਨੇ ਦਾਅਵੇ ਤਖਤ ਦੇ ਕੀਤੇ ਐਲਾਨ ਦਾਤਾ, ਤਾਜ ਬਦਲੇ ਉਹ ਲਹੂ ਡੋਲਵਾ ਹੋਵੇ ਕੰਮ ਸਾਨ ਦਾਤਾ, ਸਾਰੇ ਆਜਮ ਨੂੰ ਜਾਣਦਾ ਜੱਗ ਸਾਰਾ, ਜੱਗ ਸਾਰਾ, ਜੱਗ ਸਾਰਾ ਉਤਾਰੇ ਆਜਮ ਨੂੰ ਜਾਣਦਾ ਜੱਗ ਸਾਰਾ, ਖੋਟਾ ਨੀਅਤ ਦਾ ਬੰਦਾ ਸ਼ੈਤਾਨ ਦਾਤਾ, ਆਸ ਕੋਈ ਨਾ ਉਹ ਝੂਠਾ ਬਾਪ ਵਾਂਗੂ ਕਹਿਰ ਵਾਹਨ ਦਾਤਾ, ਜੇਕਰ ਹੱਥ ਆ ਗਈ ਉਹਦੇ ਬਾਦਸ਼ਾਹੀ, ਜੇਕਰ ਹੱਥ ਆ ਗਈ ਉਹਦੇ ਬਾਦਸ਼ਾਹੀ, ਦੁਖੀ ਹੋਣਗੇ ਨੇਗੇ ਇਨਸਾਨ ਦਾਤਾ, ਸਿੱਖੀ ਦਾ ਕਰੂਨ ਸਾਨ ਦਾਤਾ, ਦੂਜੀ ਤਰਫ ਜਿਹੜਾ ਮੁਅੱਜਮ ਦਾਸ ਤੁਹਾਡਾ, ਦੂਜੀ ਤਰਫ ਜਿਹੜਾ ਮੁਅੱਜਮ ਦਾਸ ਤੁਹਾਡਾ, ਮੰਨੇ ਤੁਸਾਂ ਨੂੰ ਪੀਰ ਇਮਾਮ ਦਾਤਾ, ਸਾਹਿਬ ਦਿਲ ਦਾ ਉਹ ਪੂਰਾ ਸ਼ੱਕ ਕੋਈ ਨਾ।
नाम तो जावे फिर बाहन दाता मनो अर्जत करो यम दाद ओदी मनो अर्जत करो यम दाद ओदी चेते तुसा दा रखू है सान दाता हर वादा निभाउण दा वादा करदे ने पर जदों इन्हां कोल राजसी ताकत आ जाए फिर ये कीते हुए वादिआं नूं पूरा कदे भी नहीं करदे क्योंकि ये खेतर इस तरह दा नहीं महाराज वह पहला भी तुहाडा सेवक रहा है तुसी मेरे विश्वास ते उहदी अमदाद कर दे सतगुरु कहिंदे उहनूं कह वह फिर आवे दिल्ली आगरे वल नूं ते असी अपने गुरु के सिंघां दा इक जथा उहदी अमदाद वास्ते भेजांगे उहदी फतेह होवे हुण वह पेशावर तो तुरदा सतगुरु बगौर तो तुरदा बगौर तो दिल्ली 300-350 किलोमीटर के करीब है और महाराज जी पंथ तय करके उत्थे पहुंच जांदे ने लड़ाई का मैदान जाजों की धरती बनती है आगरे दे कोल उधरों तारा आजम तुर पैंदा अपने पुत्र नूं लैके इधरों शहजादा मुअज्जम सतगुरां दी आशीष लैके मैदाने जंग विच पहुंचदा है पर वह एक चिट्ठी लिखदा है तारे आजम नूं कहिंदा मित्रा आपां इक्के बाप दे पुत्र हैं ते लहू ना डोलीए तू मैनूं बादशाह मन लै मैं तैनूं दूजे दर्जे का रुतबा देण नूं तैयार हां उहदे अंदर हंकार सी उहने आख्या तू मेरा भरा है पर राजनीति तो कोरा है याद रख वी पखीर होण ते कंबल इक होवे उहदे विच उह गुजारा कर सकदे ने पर एक राज विच दो बादशाह नहीं चलदे हुंदे इस करके तू मैदाने जंग विच आ खुदा जी दे ते कृपा करेगा उहनूं बादशाह ही मिल जाएगी इत्थों उहदे हंकार का पता लगदा क्योंकि उहदी फौज शहजादा मुअज्जम की फौज नालों कई गुणा वध सी पर शहजादा मुअज्जम कोल गुरु कलगियां वाले पातशाह की कृपा ते जिहदे ते गुरु की कृपा होवे उहनूं कोई हरा नहीं सकदा तुसीं पढ़दे हो कौरवां ने बहुत कुछ मंगिया ते पांडवां ने कृष्ण मंगिया ते फिर जित पांडवां दी होई करदेव पातशाह महाराज जी ने भाई धर्म सिंह जी जथेदारी हेठ एक जथा भेजिया अपने चोणवें तीर दिते ते इशारा करके आख्या सत करतार कह के इन्हां तीरां चों एक तीर चला दिओ तुहाडी फतेह होवे मैदाने जंग विच तारा आजम गुरु गोबिंद सिंह महाराज जी दे तीर नाल मारिया गया उहदा पता इस गल तो लगा जदों तीर पुटिया उहनूं सोना लगा होया सी कहिंदे इस तरह दे तीर ते कलगियां वाले पातशाह दे पत्थे च हुंदे उहदा पुत्र भी मारिया गया अगले दिन शहजादा मुअज्जम ने दोवां दीआं लाशां दफनाईआं ते विखावे दे हंजू सुटे आख्या है राजनीति तू किन्नी बेदर्द है भरावां हत्थों भरा मरवा दिंदी है पुत्रां हत्थों प्यो मरवा दिंदी है भावें ये तख्त सदा नहीं रहिंदे पर इन्हां तख्तां ते बहण वास्ते बंदे नूं पाप बड़े करने पैंदे आ इस तरह मिट्टी पा के वह फिर आगरे आ गया उहने एक तरीक मिथी कि जदों उहदी ताजपोशी होनी सी उहनूं हिंदुस्तान का बादशाह ऐलानिया जाणा सी उहदे नां दे सिक्के चलने सी इहदे विच उहने गुरु नूं बुलाया कि जद तक गुरु कलगियां वाले पातशाह नहीं आउंदे मैं हिंदुस्तान के तख्त ते बहण की रस्म पूरी नहीं करनी महाराज दिल्लियों गए आगरे पहुंचे वह अपनी कुर्सी तो उठ के गुरु नूं मिलन वास्ते आया वेखो यह एक सत्कार है इतिहास जिस तरह दसदा उहने सतगुरां दे चरणां ते शीश रख के आख्या महाराज जिहड़ा तीर तारे आजम नूं वज्जा
वह मैनू भी वज सकता सी उहदे वल्लों छड्या ये तुहाडी कृपा होई है मैनू तख्त मिलिया है आओ मेरे नाल ते मैं तुहाडा सत्कार करां। महाराज जी नूं बराबर बिठाया गुरु के सिंह नाल शस्त्रधारी गए कोई पाबंदी नहीं लाई गुरदेव पातशाह महाराज नूं उहने नगद 60,000 रुपया बहुत सारिया बमुलियां चीजां दे के सतगुरां दा मुख दी गल सत्कार कीता। गुरदेव पातशाह महाराज जी की यह शान वेख के उत्थे कुछ जिहड़े कट्टरपंथी लोग सी उहनां दे अंदर अग लग उठी क्योंकि वजीर खान ने अपने खुफिया बंदे उत्थे भेजे हुए सी उहनूं डर सी कि जे बहादुर शाह दी ते गुरु गोबिंद सिंह दी सांझ वध गई ते उहदे विचों मेरी मौत दे वरंट निकल सकदे आ बंदे नूं कीते हुए अपने पाप सताउंदे आ। इहदे वल्लों इक भेजा होया मौलवी उहने बड़ियां तिखियां गल्लां कीतियां कहिंदा महाराज तुसीं धार्मिक पुरश हो यह दसो मजहब तुहाडा वधिया कि साडा वधिया हुण गल छोटी सी पर इहदे मगर बड़ी गुझी रमन सी जे महाराज कहण साडा वधिया तो यदा मतलब इस्लाम छोटा जे महाराज कहण तुहाडा वधिया इहदा मतलब उन्हें मन लिया। गुरदेव पातशाह महाराज कहिंदे मौलवी जी धर्म सारे ही चंगे हुंदे है पर जे उन्हां नूं सच्चे दिलों मन्निया जाए इस करके तुहाडे सवाल का जवाब है तुहाडा तुहानूं चंगा है साडा सानू चंगा और महाराज ने तसली करा हुण सोचदा है किसे ढंग नाल महाराज जी नूं नीवां दिखाया जाए। कहिंदा महाराज चलो बैठे हैं सुभाव नाल मेला बणिया ते पैगंबरां कोल करामातां बड़ियां हुंदियां ते कोई करामात विखा दिओ। महाराज कहिंदे करामात वेख के तूं की लैणा तेरे सामने जिउंदी जागदी करामात आ वेख बादशाह बैठा ते बादशाह नालों वड्डी करामात होर की हुंदी है। कहिंदा नहीं महाराज ये तो बादशाहियां आउंदियां जांदियां रहिंदियां कोई होर करामात विखाओ। गुरदेव पातशाह ने सोने की मोहर कढ के टनका के आख्या मित्रा आ माया सब प्रचारक नूं कहिंदे भी ये झूठी है ये नाल नहीं जांदी पर इन्नी शक्तिवान है सारियां नूं खरीद लैंदी है इत्थों तक इहदे नाल जमीन जायदाद तां खरीदी जांदी है कमजोर बंदे दा माया नाल धर्म भी खरीदिया जांदा इतिहास विच लिखिया मिलदा इस करके ये माया सब तों वड्डी करामात है। कहिंदा महाराज कुछ हद तक तां गल बनदी दिसदी है पर मेरी अंदरों तसली नहीं होई कोई होर करामात विखाओ। गुरदेव पातशाह महाराज ने वेख्या भी इहदे अंदर धर्म का सच घट है ते धर्म के नाते अलझाउण दी तर्क वध है यानी इह एवें समा गवाउणा चाहुंदा है और इहदे अंदर कट्टरपंथी विचार ने। गुरदेव पातशाह महाराज ने सोचिया भी इहो जिहे बंदे उत्ते दलील नाल गल कम नहीं करदी हुंदी इहनूं फिर इहदे ढंग नाल समझाया जाए। महाराज कहिंदे इक वारी मौलवी जी अपना सवाल फिर दोहराओ। कहिंदा सच्चे पातशाह महाराज मैं इहो ही कहा भी कोई करामात विखाओ। गुरदेव पातशाह महाराज जी ने अखां विच वीरस आ गया हुण वेखो दरबार हिंदुस्तान दे नवें बादशाह दा उहदा नवां लकब रखिया गया बहादुर शाह। बहादुर शाह दो होए ने इक पहला इक दूजा और नवां लकब बहादुर शाह रखिया गया उत्थे अमीर वजीर बैठे ने लेकिन गुरु गोबिंद सिंह महाराज उस अकाल पुरख की एक जिउंदी जागदी मिसाल ने उन्हें परवाह नहीं की बादशाह दी। कहिंदे मौलवी जी एक बारी फिर कहो महाराज करामात विखाओ। हजूर ने तलवार के मुठे नूं हथ पा के शर्र कट के कर दी तलवार बाहर कढ़ी कहण लगे मौलवी साहब यह दुनिया की सब तो वड्डी करामात है जे मजलूम कौमां जे निर्बल कौमां तलवार का आसरा लै लैण ते इह उन्हां नूं तख्त ते बिठा दिया करदी है और यह जिउंदी जागदी करामात है जे तूं कहें ते हुणे बैठिया बैठिया तेरे दो टोटे करके दी करामात विखा दई है कुर्सी तो डिग पिया। कहिंदा सच्चे पातशाह महाराज इहनूं अंदर करो। गुरदेव पातशाह कहिंदे इदां नहीं अंदर सुक्की जांदी इहदे नाल जिन्ना चिर लहू ना लगे उन्ना चिर पवित्र नहीं हुंदी। इहनूं सच्ची मुच्ची डर हो गया भी महाराज बादशाह दे सामने कढ लई उन्हां ने दो टोटे करन लगे चिर नहीं लाउणा कंबदा कंबदा कुर्सी ते बैठा। गुरदेव पातशाह महाराज ने जिहड़ी गल कही बापू जोगी ने उहनूं बड़े प्यार नाल लिखिया सब तों वड्डी करामात तलवार मौलवी ਤੇਗ ਮਿਆਨੋ ਕੱਟ ਗੁਰੂ ਜੀ ਕਹਿਣ ਮੌਲਵੀ ਨੂੰ ਤੇਗ ਵੇਖ ਕੇ ਡੋਬ ਕਾਲ ਜੇ ਭੈਣ ਮੌਲਵੀ ਨੂੰ ਉਹ ਕੰਬਰ ਆ ਕਿਉਂ ਹੁਣ ਤੇਰਾ ਹੰਕਾਰ ਮੌਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਉਹ ਦੇਸ਼ ਦਾ ਮਾਲਕ ਬਾਦਸ਼ਾਹ ਵੀ ਕਰਾਮਾਤ ਹੁੰਦੀ ਕਰ ਸਕਦਾ ਘਾਟ ਸ਼ਾਹ ਕਰਾਮਾਤ
भरदी है मारा मरदा वेख के नाए देवी जरदी है ओ रण तत्ते विच कदे ना खांदी हार मौलवी दी सब तो वड्डी करामात तलवार मौलवी दी ओ मारे नू कुछ कहंदी ना मारे नू कुछ कहंदी ना तगड़े नू टौंदी है जोगी सिंगा महाराज ने ते परमेश्वर नु भी खड़क तारी कहा है खड़क के मैं शरण तिहारी आप आज दे लियो अबारी इस करके हर सिख नु शस्त्र तारी होना बड़ा जरूरी है अमृत छक इथो महाराज जी दक्षण वल नू वधे नाल बादशाह मैं गल नू नेड़े लियावा क्योंकि समा इजाजत नहीं दे रही रस्ते विच एक था महाराज ने बहादुर शाह नू चेता करवाया कि जेड़े तू वादे कीते है जिन्ना ने निके निके बच्चियां ते जुल्म कीते है जिन्ना ने पाप कीते है उन्हां सारियां नू बनदी सजा दे इन्हें हाथ जोड़ के आख्या महाराज अजे मेरा राज नवा नवा है ते काम बख्शोदर बगावत कर रहा है मैनू एक साल का समा दे दे महाराज कहिंदे चल ठीक इस सारी वार्तालाप इस मौलवी ने सरहंद पचाई इन्हे वजीर खान नू आख्या मित्रा अपना चारा कर ला गुरु गोबिंद सिंह ने मोह लिया हिंदुस्तान के बादशाह नू ते बादशाह दे दिल बदल लग्या चिर नहीं लगते होंगे इस करके अपना बचा कर ला तू महाराज के छोटे बच्चे शहीद किए इन्हें फिर जमशेद खान ते गुल खान इतों भेजा से भी तुसी हौली हौली सूह कढ़ दे कि धोखे नाल गुरदेव ते वार कर दिओ ਇਹ ਯਾਤਰਾ ਇੱਕ ਸਾਲ ਦੀ ਇਸ ਯਾਤਰਾ ਵਿੱਚ ਮਹਾਰਾਜ ਜੀ ਚਤੌੜ ਵੀ ਗਏ ਨੇ ਉੱਥੇ ਇੱਕ ਨਿੱਕੀ ਜਿਹੀ ਝੜਪ ਵੀ ਹੋਈ ਔਰ ਇਸੇ ਯਾਤਰਾ ਵਿੱਚ ਜਿਹੜੇ ਤਿੰਨ ਸਿੰਘ ਮਾਛੀਵਾੜੇ ਮਿਲੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਮਾਨ ਸਿੰਘ ਰਸਤੇ 'ਚ ਸ਼ਹੀਦ ਹੋਏ ਉਹਦੇ ਕਾਤਲਾਂ ਨੂੰ ਹਜ਼ੂਰ ਨੇ ਬਖਸ਼ ਦਿੱਤਾ ਸੀ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਪੜਾ ਦਰ ਪੜਾ ਬਰਹਾਨਪੁਰ ਹੁਗਲੀ ਥਾਣੀ ਹੁੰਦੇ ਹੋਏ ਇਹ ਵੇਖਦੇ ਵੇਖਦੇ ਕਿ ਬਹਾਦਰ ਸ਼ਾਹ अपने वादे निभाउण विच कामयाब नहीं हो रहा और वह डरदा सी कि किते बहुत सारे लोग मेरे खिलाफ ना होण एक कारण यह भी सी वजीर खान ने 4 लाख रुपया भेज के ते बहादुर शाह नाल अंदर खाते दोस्ती भी गंढ ली महाराज ने वेख लिया पारकू अख नाल इहदे कोलों आस कोई नहीं गुरदेव पातशाह कहिंदे कोई गल नहीं बहादुर शाह जेड़ा काम तू नहीं कर सकिया वो एक साध दे मोढे ते हथ रख के करा देंगे गुरु की नहीं करा सकदा वो चाहे ते कृपाल दास नूं बहादुर बना दे ते चाहे ते माधव दास नूं बंदा सिंह बहादुर बना दे गुरु समर्थ है हजूर नदेड़ दी धरती ते पहुंचे और तुसीं जानदे हो बादशाह उत्थों तक नाल क्योंकि इस गल की गवाही गुरद्वारा हीरा घाट पर बादशाह ने हजूर नूं हीरा भेट किया तो महाराज ने नदी में सुटता यह दसण वास्ते कि गुरु हीरिया उत्ते नहीं वेखदा गुरु नूं धन दौलत की लोड़ नहीं गुरु नूं सच्ची मुहब्बत की लोड़ तो इथों बादशाह अपने राह पै गया हैदराबाद नूं महाराज जी इत्थे बह गए माधव दास नाल इस धरती उत्ते हजूर का मिलाप होया तुसीं जानदे हो ओनू अमृत छका के बंदा सिंह बहादुर बना के हजूर ने पंजाब नूं तोड़ दिता और इत्थे रोजाना दीवान सजदे जिहड़ा अमरनामा है ढाडियां ने लिखिया ओ सारी इस घटना की गवाही भरदा क्योंकि वह नाल सन ਕਿਵੇਂ ਕਿਵੇਂ ਉੱਥੇ ਕੀ ਕੁਝ ਹੋਇਆ ਔਰ ਮਾਧੋ ਦਾਸ ਬਰਾਗੀ ਨੂੰ ਹਜ਼ੂਰ ਪਹਿਲਾਂ ਵੀ ਜਾਣਦੇ ਸੀ 2-3 ਸਾਲ ਇਹ ਪਹਿਲਾਂ ਵੀ ਮਹਾਰਾਜ ਨੂੰ ਮਿਲਿਆ ਸੀ ਪਰ ਉਦੋਂ ਗੱਲਬਾਤ ਨਹੀਂ ਸੀ ਹੋਈ ਇੱਥੇ ਇਸ 1692 ਦਾ ਬੈਠਾ ਜਦੋਂ ਮਹਾਰਾਜ ਗਏ ਉਦੋਂ ਤੱਕ ਇਹਦਾ ਡੇਰਾ 16 ਸਾਲਾਂ ਦਾ ਹੋ ਗਿਆ ਸੀ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਇਹਦੇ ਹੱਥ ਖਾਲਸੇ ਦਾ ਪੰਚਮ ਪਕੜਾ ਕੇ ਇਹਨੂੰ ਪੰਜਾਬ ਨੂੰ ਤੋਰ ਦਿੱਤਾ ਤੇ ਇੱਕ ਦਿਨ ਅਚਾਨਕ ਰਹਿਰਾਸ ਤੋਂ ਬਾਅਦ ਹਜ਼ੂਰ ਆਰਾਮ ਫਰਮਾ ਰਹੇ ਸੀ ਜਾਂ ਇਹਨਾਂ ਪਾਪੀਆਂ ਦਾ ਦਾ ਲੱਗ ਗਿਆ ਇਹਨਾਂ ਨੇ ਗੁਰੂ ਜੀ ਨਾਲ ਪ੍ਰੇਮ ਪਾ ਕੇ ਧੋਖੇ ਨਾਲ ਹਜ਼ੂਰ ਉੱਤੇ ਵਾਰ ਕੀਤਾ ਜ਼ਖਮ ਬੜਾ ਗਹਿਰਾ ਲੱਗਾ
पर कुछ दिन तक वह जख्म ठीक भी हो गए। कुछ विद्वाना लिखिया एक भारी कमान कोई लैके आया, उन्हें आख्या मैं सारे हिंदुस्तान घूमया, कोई राजपूत छत्री योदा योजा नहीं जरा इस कमान से तीर चढ़ा दे। गुरु कलगिया वाले पातशाह हथियार के बड़े शौकी सन और प्रेम करते, कहते जब वह कमान जोर न खिंचया महाराज के जख्म जेड़े से अले वह फिर एक बारी खराब हो गया। और अंग्रेज डॉक्टर भी आया पर गुरदेव पातशाह महाराज ने आख्या नहीं हूँ ये जख्म नहीं ठीक होना, हूँ साडा सचखंड नूं जाण दा समां आ गया। और गुरु ग्रंथ साहिब महाराज जी नूं सपूर्ण बीड दा दर्जा दमदमा साहिब पहले देता सी और बाबा दीप सिंह नूं हुकम कीता सी भी तुसीं लिख लिख के उतारे कर करके वध तों वध इन्हां बीड़ां नूं सिख संगतां तक पहुँचाओ, क्योंकि जिहड़े पहले उतारे से उन्हां विच गुरु तेग बहादुर महाराज की बाणी नहीं सी। ते ए जिहड़ी बीड़ सी दमदमा साहिब वाली जिहड़ी अज साडे कोल है ये हजूर ने राग जायावंती कत्तीवें राग शामिल करके संपूर्णता बख्शी। हुण हजूर साहब की धरती उत्ते गुरदेव पातशाह महाराज जी ने सारी सिख संगत नूं एकत्र कीता, कहण लगे गुरु क्यों सिखो, गुरु नानक साहब जी ने जिहड़ा मिशन आरंभ किया से ननकाणा साहब की धरती तों वह संपूर्ण हो गया। वह मिशन यह सी कि गुरु का सिख पड़ा दर पड़ा पेंडे तय करदा शब्द गुरु तक पहुंचता है, विश्वास करे कि जुगो जुग अटल गुरु ने मेरी बौड़ी करनी। महाराज कहते असें थोड़े दिन तक आप जी तो ओले हो जाना पर तुहानू अधूरे नहीं छड के जाना। महाराज किस दे लड़ ला के जाना, तुहाडे तो पिछों कौन साडी रहन माई करेगा। गुरदेव पातशाह महाराज कहते जिहड़ा शब्द परमेश्वर के घरों लिया गुरु नानक साहब जी ने उस सदीव काल जुगो जुग अटल है, दुनिया बदलती रहेगी, तरीकां बदलदियां रहनगियां, विज्ञान तरक्की करता रहेगा, पर जदों तक आसमान विच चन्न सूरज चमकदे ने उदों तक शब्द गुरु इस संसार की अगवाई करता रहेगा। इस करके तुहानूं शब्द गुरु दे लड़ ला के चलने, पर याद रखो प्यार ते विछोड़ा ये अपनी जगह बड़े महत्वपूर्ण, और जे किसी नाल मुहब्बत ना होवे ते विछोड़े का दुख भी नहीं होंदा। गुरु के सिख वराग विच आ गए, उन्हां दीआं अखां विच अथरू सन, वह कहण लगे सचे पातशाह महाराज किड्डी दूर लिया के ते हुण सानूं विछोड़ा दे चले हो। महाराज तुहाडा यह विछोड़ा आपां किस तरह जरांगे, रोज़ तुहाडे नाल वचन करीदे ने, कोई गल का पता ना लगे तुहाडे कोलों पुछ लईदी है। और सचे पातशाह महाराज कई सिखां ते प्रण कीता भी दर्शन करन तों बगैर कुछ अनपाणी नहीं छकदे, यह प्रण माता साहिब कौर दा वी सी। जदों महाराज दिल्लियों तुरे माता सुंदरी जी भी तैयार सन, पर हजूर ने उन्होंने कहा तुसी इत्थे रहो, साहिब कौर नूं भी कहा पर वह कहिंदे नहीं मैं हजूर दे नाल जाणा। ते भाणा वरताउण तों कुछ दिन पहला माता साहिब कौर नूं कहा भी तू अपनी वड्डी भैण कोल चली जा दिल्ली माता सुंदरी जी कोल और उत्थे जाके नाम बाणी का प्रचार कर। उन्हें आख्या महाराज मैं ये विछोड़ा नहीं जर सकती, जिन्ना चिर मैं तुहाडे दर्शन ना कर लवां उन्ना चिर मैं सवेरे कोई अनजल नहीं छकदी, ते मैं ये विछोड़ा किवें जरांगी। कलगियां वाले पातशाह ने एक श्री साहिब दित्ती, वेखो किन्ना सत्कार शस्त्रां दा हजूर। महाराज ने श्री साहिब देख के आख्या साहिब कौर जी ये साडा शस्त्र है, ये गुरु का प्यार है, सवेरे उठ के ये दर्शन कर लेने, यदी मुहब्बत सदका तुहानू साडे दर्शन होणगे। गुरु गोबिंद सिंह महाराज जी के ये हजूर साहब के बचन ने, समा तो नेड़े आई जांदा है, मैं गल नूं सिरे लावां, ये हुण गुरु के सिख अखां विच वराग दे हंजू ने, गुरु कलगियां वाले पातशाह महाराज सचखंड की तैयारी विच ने, और साक्षात मूर्त जिन्हां नूं भाई नंद लाल ने कहा सी कि जे सारी दुनिया की सुंदरता एक थां इकट्ठी कर दीए ते गुरु गोबिंद सिंह दे चरणां नाल लगी हुई धूड़ दे के किनके वर्गी नहीं, वह शाहां दा शहनशाह गुरु कलगियां वाला पातशाह महाराज ओले होण लगे ने शरीर गुरु विच, ते गुरु की सिख संगत दीआं अखां विच वराग दे हंजू ने। साहिबा छड जायो ना चलिया नहीं विछोड़ा जाना करदे पातशाह महाराज, जिवें उन्होंने गुरु के सिक्के में कह रहे ने कोरड़ा कहला कोई गल नहीं, आओ प्यार परियां लैणा इउं बेनती कीती जा रही। सोनी जा गुरा तो गल सी अखीर दी लग गई सखां दे नैणों चढ़ी नीर दी,
लग गई सुखा दे नैनो चढ़ी नीर दी तुसा तो बगैर जी असी की करांगे किवें तेरा बाप आ विछोड़ा जलांगे किवें तेरा बाप आ विछोड़ा जलांगे जिंदगी असा दी तुसा दे ददार च वस दी खुदाई वेखी है प्यार च वस दी खुदाई वेखी है प्यार च दिल नो जरा ना के वे पेट तरांगे किवें तेरा बाप आ विछोड़ा जलांगे किवें तेरा बाप आ विछोड़ा जलांगे की कसूर चले क्यों विछोड़ के लगियां परीतां वाली साज तोड़ के अंबरा चो पेंदी जो चलक नूर दी अंबरा चो पेंदी जो चलक नूर दी नदी दे किनारे वांगू ने तखरांगे केवे तेरा बात या विछोड़ा जरांगे केवे तेरा बात या विछोड़ा जरांगे देखो केवे सिख दे मंदे दहाइयां ने बड़े औखे साल चलने जुदाइयां दे बड़े औखे साल चलने जुदाइया दे उमरा तो लंबे हट कोरे परांगे के में तेरा बातिया विछोड़ा जरांगे के में तेरा बातिया विछोड़ा जरांगे अज भी शमा दे परवाने रोणगे लखा तेरी दीद दे दवाने रोणगे लखा तेरी दीद दे दवाने रोणगे हंजुआ दे सागरा नुके तरांगे छोड़ा जरांगे के में तेरा दातिया में छोड़ा जरांगे पचदन मारे सख झोली अड के पचदन मारे सख झोली अड के केड़ी गलों गुरु जी चले छड के केड़ी गलों गुरु जी चले छड के ਕਿੱਥੋਂ ਸੀ ਤਕਰਾਂਗੇ ਕਿਵੇਂ ਤੇਰਾ ਬਾਪਿਆ ਵਿਛੋੜਾ ਜਰਾਂਗੇ ਕਿਵੇਂ ਤੇਰਾ ਬਾਪਿਆ ਵਿਛੋੜਾ ਜਰਾਂਗੇ ਮੇਰ ਦੇਸਾਂ ਚੋ ਜ਼ਖੀਰ ਚਾ ਲਿਆ ਪੱਕਾ ਡੇਰਾ ਬਾਦਸ਼ਾਹ ਨੰਦੇੜ ਲਾ ਲਿਆ ਪੱਕਾ ਡੇਰਾ ਦਾਤਿਆ ਨੰਦੇੜ ਲਾ ਲਿਆ ਜਿੱਤ ਕੇ ਪਿਆਰ ਵਾਲੀ ਬਾਜੀ ਹਰਾਂਗੇ ਕਿਵੇਂ ਤੇਰਾ ਬਾਪਿਆ ਵਿਛੋੜਾ ਜਰਾਂਗੇ ਝੋਲੀ ਅੱਡ ਕੇ ਕਿਹੜੀ ਗੱਲੋਂ ਗੁਰੂ ਜੀ ਚੱਲੇ ਛੱਡ ਕੇ ਕਿਹੜੀ ਗੱਲੋਂ ਗੁਰੂ ਜੀ ਚੱਲੇ ਛੱਡ ਕੇ ਵਾਲੀਆ ਜੀ ਸਦਾ ਜਸ ਕਰਾਂਗੇ ਕਿਵੇਂ ਤੇਰਾ ਦਾਤਿਆ ਵਿਛੋੜਾ ਜਰਾਂਗੇ ਕਿਵੇਂ ਤੇਰਾ ਦਾਤਿਆ ਵਿਛੋੜਾ ਜਰਾਂਗੇ ਕਿਵੇਂ ਤੇਰਾ ਦਾਤਿਆ ਵਿਛੋੜਾ ਜਰਾਂਗੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਸਰੀਰ ਤੁਸੀਂ ਮੇਰਾ ਵੇਖ ਰਹੇ ਹੋ ਨਾ ਇਹ ਪੌਣੇ 42 ਸਾਲਾਂ ਦਾ ਹੋ ਗਿਆ ਤੇ ਜੇ 100 ਸਾਲ ਦਾ ਵੀ ਹੋ ਗਿਆ ਤਾਂ ਵੀ ਇੱਕ ਕੁਦਰਤੀ ਪ੍ਰਕਿਰਿਆ ਵੀ ਇਹ ਸਰੀਰਕ ਅਵਸਥਾ ਸਦਾ ਨਹੀਂ ਰਹਿਣੀ ਤੇ ਮੈਂ ਤੁਹਾਨੂੰ ਜਿਸ ਸ਼ਬਦ ਗੁਰੂ ਦੇ ਲੜ ਲਾ ਕੇ ਚੱਲਿਆ ਉਹਦੇ ਉੱਤੇ ਉਮਰ ਦਾ ਕੋਈ ਪ੍ਰਭਾਵ ਨਹੀਂ ਪੈਣਾ ਮੌਸਮ ਦਾ ਕੋਈ ਪ੍ਰਭਾਵ ਨਹੀਂ ਪੈਣਾ ਜਿਵੇਂ ਜਿਵੇਂ ਦੁਨੀਆ ਤਰੱਕੀ ਕਰੇਗੀ ਤੇਵੇਂ ਤੇਵੇਂ ਸ਼ਬਦ ਗੁਰੂ ਦੀ ਵਿਚਾਰ ਵਿੱਚ ਵਾਧਾ ਹੁੰਦਾ ਚੱਲਿਆ ਜਾਏਗਾ ਆਖੋ ਸਤਨਾਮ
तो अज जो कनेडा च सुख आसन होंगे इंडिया च प्रकाश होंगे इधर सुख आसन होंगे अमरीका च प्रकाश होंगे साढ़े नालों यूरोप साढ़े चार घंटे पिछे है न्यूजीलैंड सत घंटे अगे है आस्ट्रेलिया पांच घंटे अगे है तुसी कैलकुलेट करके वेख लो कोई चौबीस घंटिया चो समा ऐसा नहीं जदों गुरु ग्रंथ साहब महाराज जी का कितने ना कि प्रकाश ना हो रहा हो बाणी ना पढ़ी जा रही हो ये गुरु कलगिया वाले पातशाह महाराज किरिया ही देखे गए उन्हें हुक्म लाया लियाओ गुरु ग्रंथ साहब महाराज दीवान सज गया महाराज ने जिवें पुरानी रीति प्रचलित से उस मुताबक सारिया और रस्मां करके ते शब्द गुरु नूं मत्था टेक के और सारी सिख नूं संबोधन करदिआं आख्या कि साडी जिहड़ी जोत सी अकाली जोत साडे हिरदे विच ओह हुण गुरु ग्रंथ साहिब महाराज जी दे अंदर होवेगी जदों तुसीं दर्शन करने प्रतख रूप विच गुरु ग्रंथ साहिब जी दे करने जदों गुरु नाल गल्लां करन नूं चित करे गुरु दी बाणी सुण पढ़नी जदों गुरु दीआं गल्लां सुण नूं चित करे किसे सिख नूं आखणा गुरु दी बाणी सुणा ते गुरदेव पातशाह महाराज कहिंदे जे तुसीं मेरा प्रतख रूप वेखणा फिर किसे चढ़दी कला वाले गुरु के सिखा दे दर्शन कर लियो कहिंदे भाई दया सिंह ने आख्या महाराज कोई समा इस तरह का आवे पंज इस तरह के गुरु के सिख ना मिलन ते सिख दे हिरदे अंदर प्यास पैदा होवे कि मैं गुरु के दर्शन करने फिर गुरदेव पातशाह कहिंदे एक भी नाम बाणी वाला चढ़दी कला वाला कहनी करनी वाला सिंह मिल जाए ओहदे दर्शन कर लियो तुहानू साक्षात गुरु के दर्शन होणगे गुरदेव पातशाह महाराज एक भी ना मिले गुरदेव पातशाह कहिंदे फिर सिख अपने आप दे दर्शन कर लै ते इह वेखे भी मैनू जिस तरह का गुरु गोबिंद सिंह ने बनाया कि मैं उस तरह का हाँ ते जे कोई घाट है तो उन्होंने पूरी करके संत सिपाही बन के नित बाणी पढ़े गुरु की कृपा उहदे नाल होवेगी महाराज सत्कार सच्चे पातशाह कहिंदे सत्कार सब तो वध गुरु के सिखां ने शब्द गुरु का करना महाराज जे कोई लगे दीवान विच राजा आ जाए महाराज कहिंदे राजे नूं संगत दे बराबर बिठाउणा उठ के उहदा सत्कार नहीं करना गुरु की हजूरी विच महाराज जे कोई साध आ जाए गुरदेव पातशाह कहिंदे आने वाले समय विच कोई सच्चा साध विरला होवेगा बहुते दामी होणगे जां कामी होणगे महाराज दा इशारा सी दामी दा मतलब भी बहुते साध माया दे लालची होणगे कामी दा मतलब भी वह अपने करैक्टर तो नीवे होणगे इह सारियां गल्लां ਇਹ ਨਦੇੜ ਦੇ ਇਤਿਹਾਸ ਵਿੱਚ ਲਿਖੀਆਂ ਮਿਲਦੀਆਂ ਹੁਣ ਜ਼ਿਆਦਾ ਸਮਾਂ ਨਹੀਂ ਮੈਂ ਹੋਰ ਕੁਝ ਇੱਥੇ ਵਿਸਤਾਰ ਕਰ ਸਕਾਂ ਹਜ਼ੂਰ ਨੇ ਗਰਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੇ ਦਿੱਤੀ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਆਪ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਉਸ ਦਿਨ ਤੋਂ ਬਾਅਦ ਸਾਡਾ ਹੀ ਨਹੀਂ ਪੂਰੇ ਸੰਸਾਰ ਦੀ ਰਹਿਣਮਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦਾ ਔਰ ਜੁਗੋ ਜੁਗ ਕਰਦਾ ਰਹੇਗਾ ਕੋਈ ਕਾਰਜ ਹੋਵੇ ਗੁਰੂ ਕਾ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕਰਦਾ ਧੰਨਵਾਦ ਗੁਰੂ ਕੀ ਸੰਗਤ ਦਾ ਔਰ ਜਿਹੜੇ ਮੇਰੇ ਵੀਰ ਟੀ ਵੀ ਚੱਲਣ ਵਾਲੇ ਨਿਰਵੈਰ ਟੀ ਵੀ ਵਾਲੇ ਸੰਗਤ ਟੀ ਵੀ ਵਾਲੇ ਔਰ ਭੁੱਲਰ ਟੀ ਵੀ ਵਾਲੇ ਹੋਰ ਵੀ ਇੱਕ ਦੋ ਚੈਨਲ ਹੁਣ ਨਵੇਂ ਆਏ ਨੇ ਸਾਰੇ ਵੀਰ ਲਾਈਵ ਟੈਲੀਕਾਸਟ ਕਰ ਰਹੇ ਨੇ ਇਸ ਪ੍ਰੋਗਰਾਮ ਨੂੰ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੀ ਗੁਰੂ ਕੀ ਸੰਗਤ ਨੇ ਸਤਿਗੁਰਾਂ ਦੇ ਇਤਿਹਾਸ ਦਾ ਸਤਿਕਾਰ ਕਰਦਿਆਂ ਮਾਇਆ ਭੇਜੀਏ ਉਹਨਾਂ ਦਾ ਧੰਨਵਾਦ ਜੋੜੇ ਸਿੰਘੇ ਤੋਂ ਸਾਡੇ ਗਵਾਂਢੀ ਵੀਰ ਜੀ ਨੌਕਰੀ ਵਾਸਤੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਨੌਕਰੀ ਦੀ ਦਾਤ ਬਖਸ਼ਿਸ਼ ਨਾਲ 700 ਰੁਪਈਆ ਵੀ ਕਿਸੇ ਦਾ ਡਿੱਗਾ ਪ੍ਰਬੰਧਕਾਂ ਨੂੰ ਮਿਲਿਆ ਦਫ਼ਤਰ ਵਿੱਚੋਂ ਮਾਇਆ ਪਈ ਹੈ ਜੇ ਕਿਸੇ ਵੀਰ ਦੀ ਹੋਵੇ ਉਹ ਆਪਣਾ ਪਛਾਣ ਦੱਸ ਕੇ ਲੈ ਜਾਏ ਮਾਤਾ ਨਿਰਮਲ ਕੌਰ ਸਾਥ ਨਾਲੋਂ ਵਿਛੜ ਗਈ ਉਹਦੇ ਸਾਥੀ ਜਿੱਥੇ ਵੀ ਆਵਾਜ਼ ਸੁਣਦੇ ਹੋਣ ਉਹ ਆਪਣੇ ਸਾਥ ਨੂੰ ਆਣ ਕੇ ਲੈ ਜਾਣ ਸਰਦਾਰ ਮੇਜਰ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਿਹੜੇ ਬਤੌਰੇ ਸਕੱਤਰ ਡਿਊਟੀ ਕਰਦੇ ਨੇ ਹੁਣੇ ਹੁਣੇ ਕੈਨੇਡਾ ਤੋਂ ਆਏ ਨੇ ਉਹਨਾਂ ਵੱਲੋਂ ਇਤਿਹਾਸ ਪੇਟ ਮਾਇਆ ਆਈ ਹੈ ਸਿੱਖ ਪੰਥ ਦੇ ਬਹੁਤ ਹੀ ਪ੍ਰਸਿੱਧ ਕਵੀਸ਼ਰ ਗਿਆਨੀ ਅਜੀਤ ਸਿੰਘ ਜੀ ਦਰਦੀ ਸਾਹਿਬ ਉਹ ਪਹੁੰਚੇ ਨੇ ਹੋਰ ਬਹੁਤ ਸਾਰੀਆਂ ਮਾਣਯੋਗ ਸ਼ਖਸੀਅਤਾਂ ਬਿਜਲੀ ਬੋਰਡ ਵਿੱਚ ਲੰਮਾ ਸਮਾਂ ਡਿਊਟੀ ਨਿਭਾ ਕੇ ਰਿਟਾਇਰ ਹੋਏ SDO ਸਾਹਿਬ ਪੱਟੀ ਸਾਹਿਬ ਉਹਨਾਂ ਵੱਲੋਂ ਮਾਇਆ ਆਏ ਹੈ SDO ਸਰਦਾਰ ਅਮਰਜੀਤ ਸਿੰਘ ਜੀ ਇੱਥੇ ਡਿਊਟੀ ਕਰਦੇ ਨੇ ਉਹ ਡਿਊਟੀ ਕਰ ਰਹੇ ਨੇ ਔਰ ਧੰਨਵਾਦ ਮੇਰੇ ਜਿੰਨੇ ਵੀ ਵੀਰ ਪ੍ਰਚਾਰਕ ਨੇ ਵੀਰ ਜਸਪਾਲ ਸਿੰਘ ਜੀ ਵੀਰ ਲਵਲਪ੍ਰੀਤ ਸਿੰਘ ਜੀ ਅਤੇ ਵੀਰ ਹਰਪ੍ਰੀਤ ਸਿੰਘ ਜੀ ਵਡਾਲਾ ਜਿਨ੍ਹਾਂ ਨੂੰ ਤੁਸੀਂ PTC ਤੋਂ ਮੰਜੀ ਸਾਹਿਬ ਤੋਂ ਸਰਵਣ ਕਰਦੇ ਹੋ
वो सारे भीर इस स्टेज चला रहे हैं, सबनों का बहुत बहुत धन्यवाद। सो गुरु महाराज जी कृपा करन, इसे तरह आप आने वाले समय में सरवण करिए। नानक नाम चढ़दी कला तेरे पाने सरबत दा पला, तुहाडा अपना भाई जोगा सिंह भागोवालिया साथ दे रहे सी, वीर जोबन सिंह, वीर कुलवंत सिंह जी, वीर सुखविंदर सिंह जी सेखवां, पोइयां पुल्लां दी खिमा जी, जिन्ना चिर जिउंदे आ तुहाडी सेवा करदे रहिए, इहो ही अरदास है। वाहिगुरु जी का खालसा, वाहिगुरु जी की फतेह। हार्दिक धन्यवाद है पंथ दे प्रसिद्ध कविशर ज्ञानी जोगा सिंह जी भागोवाल अते उन्हां दा समुच्चा जथा, जिन्हां ने सतगुरु श्री गुरु ग्रंथ साहिब महाराज जी दी गुरियाई दा प्रसंग, गुरियाई दा इतिहास आप जी नूं सरवण कराया है। सतसंगत जो असीं